ਬਟਾਲਾ ਦੇ ਬੈਂਕ ਕਲੋਨੀ ਇਲਾਕੇ 'ਚ ਇੱਕ ਸੁਨਾਰ ਦੀ ਦੁਕਾਨ 'ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਅੱਜ ਦੇਰ ਸ਼ਾਮ ਦੁਕਾਨ ਦੇ ਅੰਦਰ ਜ਼ਬਰਦਸਤੀ ਦਾਖਲ ਹੋ ਕੇ ਲੁੱਟ ਦੀ ਕੋਸ਼ਿਸ਼ ਕੀਤੀ। ਜਿੱਥੇ ਇਹ ਪੂਰੀ ਘਟਨਾ CCTV ਕੈਮਰਿਆਂ 'ਚ ਕੈਦ ਹੋਈ, ਉੱਥੇ ਹੀ ਦੁਕਾਨ ਮਾਲਕ ਦੀਪਕ ਦੇ ਬੇਟੇ ਮੁਕੇਸ਼ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਚਾਚਾ ਦੁਕਾਨ 'ਚ ਕੰਮ ਕਰ ਰਹੇ ਸਨ ਤਾਂ ਅਚਾਨਕ ਨਕਾਬਪੋਸ਼ ਨੌਜਵਾਨ, ਜੋ ਕਰੀਬ 4-5 ਸਨ, ਉਹ ਦੁਕਾਨ 'ਚ ਦਾਖਲ ਹੋਏ ਅਤੇ ਉਹਨਾਂ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪਿਤਾ ਨੇ ਅੱਗੋਂ ਆਪਣੀ ਲਾਇਸੈਂਸ ਪਿਸਤੌਲ ਨਾਲ ਆਪਣੇ ਬਚਾਵ 'ਚ ਫਾਇਰਿੰਗ ਕੀਤੀ, ਜਿੱਥੇ ਦੋਵਾਂ 'ਚ ਹੋਈ ਫਾਇਰਿੰਗ 'ਚ ਉਸ ਦੇ ਪਿਤਾ ਜ਼ਖਮੀ ਹੋ ਗਏ ਅਤੇ ਹਸਪਤਾਲੇ ਜਾਂਦੇ ਹੋਏ ਉਹਨਾਂ ਦੀ ਮੌਤ ਹੋ ਗਈ। ਉੱਥੇ ਹੀ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਦੀਪਕ ਵੀ ਸਾਡੀ ਸ਼ੋਪ ਆ ਅਤੇ ਪਾਪਾ ਅਤੇ ਚਾਚੂ ਕੰਮ ਕਰਦੇ ਪਏ ਸੀ, ਨਾਲ ਮੇਰੇ ਚਾਚੂ ਦਾ ਛੋਟਾ ਮੁੰਡਾ ਆ, ਉਹ ਮਤਲਬ ਕਿ ਸਮਾਨ ਸਮੂਨ ਦਾ ਸਾਂਭਣਦੇ ਸੀ ਅਤੇ ਉਹ ਬਾਹਰੋਂ 5-4 ਜਣੇ ਮੇਰੇ ਹਿਸਾਬ ਨਾਲ ਅੰਦਰ ਆਏ ਨੇ, ਉਹਨਾਂ ਦੇ ਕੋਲ ਮਤਲਬ ਮੋਜ਼ਰਾਂ ਸੀ, ਹੈ ਨਾ, ਪਿਸਟਲ ਸਭ ਆਉਣਾ, ਉਹਨਾਂ ਨੇ ਆਉਂਦੇ ਹੀ ਚਾਚੂ ਦੇ ਮੁੰਡੇ ਨੂੰ ਕਹਿੰਦੇ ਨੇ ਕਿ ਪਿੱਛੇ ਹੋ ਜਾਓ, ਪਿੱਛੇ ਹੋ ਜਾ, ਤੂੰ ਪਿੱਛੇ ਹੋ ਜਾ। ਅਤੇ ਚਾਚੂ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕੋਲ ਪਿਸਟਲ ਆ, ਜਦੋਂ ਉਹਨਾਂ ਨੇ ਉੱਤੇ ਤਾਨੀਆਂ ਅੱਡੇ, ਚਾਚੂ ਨੇ ਮਤਲਬ ਕਿ ਫਾਇਰ ਮਾਰੇ ਉਹਨਾਂ ਦੇ, ਫਿਰ ਡਰ ਕੇ ਸਾਰੇ ਭੱਜ ਗਏ ਨੇ ਬਾਹਰ। ਜਦੋਂ ਹਾਂਜੀ ਬਾਹਰ ਡਰ ਜਦੋਂ ਡਰ ਕੇ ਬਾਹਰ ਭੱਜ ਗਏ ਨੇ, ਅਤੇ ਬਾਅਦ 'ਚ ਜਦੋਂ ਫਿਰ ਚਾਚੂ ਦਾ ਛੋਟਾ ਹੁੰਦਾ ਸੀ, ਉਹ ਕਹਿੰਦਾ ਲੋਕ ਲਗਾਉਣ ਲੱਗ ਸ਼ੀਸ਼ੇ ਵਾਲੇ ਗੇਟ ਨੂੰ, ਅਤੇ ਲੋਕ ਲਗਾਉਣ ਕਹਿੰਦਾ ਉਹਨੇ ਬਾਹਰੋਂ ਫਿਰ ਫਾਇਰ ਮਾਰੇ ਨੇ, ਸ਼ੀਸ਼ਾ ਸਾਰਾ ਟੁੱਟ ਗਿਆ ਹੋਇਆ। ਰਣਜੀਸ਼ ਭਾਅ ਜੀ ਕੋਈ ਨਹੀਂ ਆ, ਬਸ ਲੁੱਟ ਮਾਰ ਹੀ ਆ ਰਣਜੀਸ਼। ਹਾਂਜੀ ਪਾਪਾ ਦੀ ਗੋਲੀ ਲੱਗੀ ਆ ਪਿੱਠ 'ਤੇ, ਬਸ ਪੁਲਿਸ ਇਨਸਾਫ਼ ਕਰੇ ਅਤੇ ਲੁੱਟ ਮਾਰ ਬੰਦ ਹੋਏ ਅਤੇ ਇਹਨਾਂ ਨੂੰ ਫੜ ਲਈ। ਆਹੋ ਜੀ 6:30-7:30 ਦੇ ਲਾਗੇ ਛਾਗੇ ਹੋਏਗਾ, ਬਾਕੀ CCTV ਕੈਮਰੇ ਫੁਟੇਜ ਸਾਰੀ ਸਾਰੇ ਨੁੱਲੀ ਹੈ। ਇੱਥੇ ਜਿਹੜੀ ਕੁਛ ਬੰਦੇ ਜਿਹੜੀ ਲੁੱਟ ਦੀ ਨੀਅਤ ਨਾਲ ਇੱਥੇ ਆਏ ਸੀਗੇ, ਜਿਹਦੇ ਵਿੱਚ ਇਹਨਾਂ ਨੇ ਅੱਗੋਂ ਬੜੀ ਹਿੰਮਤ ਕੀਤੀ, ਇਹਨਾਂ ਨੇ ਵੀ ਫਾਇਰ ਕੀਤੇ ਨੇ, ਪਰ ਅਨਫੋਰਚੁਨੇਟਲੀ ਜਿਹੜੀ ਆ ਉਹਨਾਂ ਦੇ ਜਿਹੜੀ ਗੋਲੀ ਹੈ ਇਹਨਾਂ ਦੇ ਲੱਗ ਗਈ ਹੈ, ਔਰ ਹੁਣ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੀ ਡੈਥ ਹੋ ਗਈ। ਅਸੀਂ ਇੱਥੇ ਮੌਕੇ 'ਤੇ ਆਏ ਹਾਂ, ਮੈਂ ਆਪਣੀਆਂ 12 ਟੀਮਾਂ ਜਿਹੜੀਆਂ ਪੁਲਿਸ ਦੀਆਂ ਬਣਾਈਆਂ ਹੋਈਆਂ ਸਾਰੇ ਪਾਸੇ ਲੱਗੀ, ਉਹਨਾਂ ਦੇ ਬੰਦੇ ਦੇ ਵੀ ਕਿਸੇ ਦੇ ਗੋਲੀ ਲੱਗੀ। ਮੈਂ ਹਰ ਹੋਸਪਿਟਲ ਦੇ ਵਿੱਚ ਅਸੀਂ ਟਾਈਅਪ ਕਰ ਰਹੇ ਹਾਂ, ਸਾਰੇ ਡਾਕਟਰਾਂ ਦੇ ਗਰੁੱਪ ਦੇ ਵਿੱਚ ਵੀ ਮੈਂ ਪਾਤਾ ਵੀ ਅਗਰ ਕੋਈ ਗੋਲੀ ਲੱਗੀ ਵਾਲਾ ਬੰਦਾ ਤੁਹਾਡੇ ਐਡਮਿਟ ਹੁੰਦਾ, ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ। ਔਰ ਅਸੀਂ ਇਹ ਬੜੀ ਅਨਫੋਰਚੁਨੇਟ ਵਾਰਦਾਤ ਹੋਈ ਹੈ, ਅਸੀਂ ਸਾਰਾ ਪਰਿਵਾਰ ਦੇ ਨਾਲ ਇੱਥੇ ਸਹਿਮਤੀ ਪ੍ਰਗਟ ਕਰਦੇ ਹਾਂ, ਔਰ ਸਾਰੀ ਟੀਮਾਂ ਅਸੀਂ ਲਾ ਕੇ ਕੋਸ਼ਿਸ਼ ਕਰਾਂਗੇ ਇਹਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਬੰਦਿਆਂ ਨੂੰ ਜਿਹੜਾ ਹਵਾਲਾ 'ਚ ਸੁੱਟਿਆ ਜਾ। ਜੀ ਹਾਂ ਸਾਰਾ ਕੁਛ ਅਸੀਂ ਦੇਖ ਰਹੇ ਹਾਂ CCTV ਫੁਟੇਜ 'ਚ, ਬਾਕੀ ਵੀ ਜਿਹੜੀ ਅਸੀਂ ਸਾਇੰਟੀਫਿਕਲੀ ਇਹਨੂੰ ਤਫਤੀਸ਼ ਕਰਾਂਗੇ, ਸਾਰਾ ਕੁਛ ਦੇਖਾਂਗੇ ਔਰ ਜਲਦੀ ਇਹਨੂੰ ਟਰੇਸ ਕਰਾਂਗੇ। ਬੰਦੇ ਜੋ ਐਸ ਪਰ CCTV ਫੁਟੇਜ 5-6 ਬੰਦੇ ਜਿਹੜੇ ਨਜ਼ਰ ਆ ਰਹੇ ਸੀ, ਜਿਹਨਾਂ ਕੋਲ 2 ਬੰਦਿਆਂ ਕੋਲ ਪਿਸਤੌਲ ਨਜ਼ਰ ਆ ਰਹੇ ਸੀਗੇ, ਔਰ ਜਿਹੜਾ ਇਹਨਾਂ ਨੇ ਕ੍ਰਾਈਮ ਨੂੰ ਜਦੋਂ ਵਾਰਦਾਤ ਕੀਤਾ ਤਕਰੀਬਨ 2 ਘੰਟੇ ਇਸ ਕੰਮ ਨੂੰ ਹੋ ਗਏ ਨੇ। ਸਾਡੀਆਂ ਟੀਮਾਂ ਟੋਟਲੀ ਲੱਗ ਚੁੱਕੀਆਂ ਨੇ ਸਾਰੇ ਸ਼ਹਿਰ ਦੇ ਵਿੱਚ। ਕੁਛ ਲੈ ਕੇ ਵੀ ਗਏ? ਨਹੀਂ, ਲੈ ਕੇ ਕੁਛ ਨਹੀਂ ਗਏ, ਉਹਦੇ ਵਿੱਚ ਇਹਨਾਂ ਨੇ ਬੜੀ ਹਿੰਮਤ ਕੀਤੀ, ਅੱਗੋਂ ਗੋਲੀ ਚਲਾਈ ਹੈ, ਪਰ ਅਨਫੋਰਚੁਨੇਟਲੀ ਉਹਨਾਂ ਨੇ ਉਹਨਾਂ ਦੀ ਗੋਲੀ ਵੀ ਜਿਹੜੀ ਹੈ ਇਹਨਾਂ ਦੀ ਲੱਗ ਗਈ ਹੈ, ਔਰ ਉਹਨਾਂ ਦਾ ਬੰਦਾ ਵੀ ਜਿਹੜਾ ਫੱਟੜ ਹੋਇਆ ਹੈ। ਥੈਂਕ ਯੂ।